ਲੈ ਵਾਸਤਾ ਫਿਰ ਆਪਾਂ ਪੁੱਛਦੇ ਹਾਂ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਰਵਿੰਦਰ ਕਰੇਵਾਲ ਜੀ ਤੋਂ। ਮੈਨੂੰ ਵਧੀਆ ਮਹਿਸੂਸ ਹੋ ਰਿਹਾ ਅੱਜ ਦਾ ਜਿਹੜਾ ਦਿਨ ਆ ਉਹ ਇਹਨਾਂ ਦੇ ਨਾਲ ਲੰਘਾ ਕੇ। ਸਾਰਿਆਂ ਨੂੰ ਹੀ ਸੁਣਿਆ, ਵਾਸਤਵ ਨੇ ਵੀ ਬਹੁਤ ਅੱਛਾ ਗਾਇਆ, ਸੋ ਬਹੁਤ ਅੱਛਾ ਗਾ ਰਹੇ ਆ ਸਾਰੇ। ਸਾਰਿਆਂ ਨੂੰ ਬਹੁਤ ਬਹੁਤ ਦੁਆਵਾਂ, ਬਹੁਤ ਗੁੱਡ ਵਿਸ਼ਿਸ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਭਾਅ ਜੀ। ਹਰੀਸ਼ ਭਾਅ ਜੀ, ਵਾਸਤਵ ਇੱਕ ਤਾਂ ਤੁਹਾਡਾ ਨਾਮ ਬਹੁਤ ਸੋਹਣਾ ਅਤੇ ਤੁਸੀਂ ਵਾਸਤਵ 'ਚ ਬਹੁਤ ਸੋਹਣਾ ਗਾਇਆ, ਮੈਨੂੰ ਤਾਂ ਬੜਾ ਪਸੰਦ ਆਇਆ ਵਾਸਤਵ 'ਚ। ਸੱਚੀ ਵਾਸਤਵ ਸਵਾਦ ਆ ਗਿਆ ਵਾਸਤਵ 'ਚ। ਸ਼ੁਕਰੀਆ ਜੀ। ਸਚਿਨ ਭਾਅ ਜੀ, ਵਾਸਤਵ ਨੇ ਹੁਣ ਤੱਕ ਜੋ ਪਰਫੋਰਮੈਂਸਿਸ ਕੀਤੇ ਹੈ ਬਹੁਤ ਅੱਛੇ ਕੀਤੇ, ਬਟ ਅੱਜ ਦਾ ਪਰਫੋਰਮੈਂਸ ਇਹਦੇ ਆਪਣੇ ਪਰਫੋਰਮੈਂਸ ਦੇ ਮੁਕਾਬਲੇ ਥੋੜ੍ਹਾ ਜਿਹਾ ਘੱਟ ਸੀ। ਉਹ ਫੀਲ ਇਸ ਕਰਕੇ ਨਹੀਂ ਆਇਆ ਕਿਉਂਕਿ ਤੁਸੀਂ ਕੰਪੋਜੀਸ਼ਨ ਚੇਂਜ ਕਰਤੀ ਸੀ ਪੁੱਤਰ ਗਾਣੇ ਦੀ, ਸੋ ਆਹ ਕਮੀ ਸੀ। ਬਾਕੀ ਤੁਸੀਂ ਗਾਇਆ ਵਧੀਆ, ਸਿੰਗਰ ਵਧੀਆ ਤੁਸੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਟ ਉਹਨੂੰ ਥੋੜ੍ਹਾ ਜਿਹਾ ਹੋਰ ਬਣਾ ਕੇ ਗਾਉਂਦੇ ਤਾਂ ਹੋਰ ਅੱਛਾ ਲੱਗਣਾ ਸੀ ਗਾਣਾ। ਸ਼ੁਕਰੀਆ ਜੀ। ਵੀਰ ਭਾਅ ਜੀ, ਬੱਚੇ ਗਾਇਕੀ ਇੱਕ ਰੂਹ ਹੋਣੀ ਚਾਹੀਦੀ ਹੈ ਗੀਤ ਦੇ ਵਿੱਚ, ਉਹ ਲੱਭਣ ਲਈ ਬਸ ਤੁਰ ਪਓ। ਜਿੱਦਣ ਤੁਹਾਨੂੰ ਲੱਭ ਗਈ ਤੁਸੀਂ ਬਹੁਤ ਸਕਸੈਸਫੁਲ ਗਾਇਕ ਹੋਵੋਗੇ, ਬਸ ਉਹ ਲੱਭਣ ਦੀ ਲੋੜ ਆ। ਉਹ ਜਰਨੀ 'ਤੇ ਨਿਕਲ ਪਏ, ਹੁਣ ਹੀ ਨਿਕਲ ਪਏ, ਅਸੀਂ ਬਹੁਤ ਲੇਟ ਨਿਕਲੇ ਸੀ ਉਸ ਜਰਨੀ 'ਤੇ, ਹੁਣੇ ਨਿਕਲ ਪਾਓਗੇ, ਚੰਗੇ ਰਹੋਗੇ। ਗੋਡ ਬਲੈਸ ਯੂ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਅਜੀਜ਼। ਲੈ ਫਿਰ ਵਾਸਤਵ, ਹੁਣ ਵਾਰੀ ਆ ਰਿਜ਼ਲਟ ਦੀ, ਠੀਕ ਹੈ। ਆ ਜਾ